240 किन्ने पैसे लाए ने साला 1000 रुपए दिया है कैलकुलेटर काट यार अरे ये तो दे दो एक और रोज कुल्फी स्वाद है लो जी फाइनल डेस्टिनेशन तीजी रेडी भैया वो स्ट्रॉबेरी वाली है स्ट्रॉबेरी वाली नहीं मिल रही कि तो यार स्ट्रॉबेरी नहीं है अरे ये तो रोज है वो तो यहाँ भी है वो मिलती नहीं स्ट्रॉबेरी नहीं है किसी है निकल ही आया फाइनली बाहर ओए तू तो डाइटिंग थे साले भैया फैट फ्री आइसक्रीम दे दो आप तो डाइटिंग पे थे मैग्नम जैसी बहुत एक करा था पुराना भुखा रह जाता सुख नाल भी हुई अज सिंपल प्लेन चाहिए स्ट्रॉबेरी नाओ केड़ी हो मेनू दे दो मैं तीजी खा लूंगा अरे स्ट्रॉबेरी वीरे गुलाबी हुंदी है जेड़ी सफेद वाली तो वनीला है आ दे दे मेनू दे दे मेनू दे दे जेड़ी भी आ केड़ी है मेनू दे दे चाली रुपये दी आ इत वाह कोई सिस्टम वाह हर ला चमचा भी दे वीरे ਕੋਲਾ ਦੇ ਦੇ ਮੈਂ ਨੀ 75 ਰੁਪਏ ਦੀ ਲੈ ਕੇ ਜਾਣੀ ਆਈਸਕ੍ਰੀਮ ਉਹ 10 ਵਾਲੀ ਖਾ ਸੁਖਨ ਮੈਂ 20 ਵਾਲੀ ਲਈ ਹੈ 20 ਵਾਲੀ ਹੈ ਫਿਰ ਠੀਕ ਹੈ 40 ਵਾਲੀ ਚੱਲ ਕੋਈ ਮੇਰੇ ਫੋਨ ਜਾ ਰਹੇ ਨੇ ਮੇਰਾ ਫੋਨ ਲੈ ਕੇ ਚੱਲਿਆ ਤੁਸੀਂ ਬੋਲਿਆ ਨਾ क्यों ना बोला निक्कर वाले निक्कर मैन ਆ ਦੇਖੋ ਸਾਡਾ ਡਾਇਰੈਕਟਰ ਸਾਹਿਬ ਮੇਰੀ ਟੀ-ਸ਼ਰਟ ਪਾਈ ਫਿਰਦਾ ਲਕੋਸਟੇ ਦੀ ਸਰੇ ਵਾਪਸ ਕਦੋਂ ਦੇਣੀ ਆ ਅਸੀਂ ਦੋਸਤੋ ਮੈਨੂੰ ਨਾ ਮੈਂ ਜਦੋਂ ਆਲੇ ਚੱਕ ਮੈਂ ਆ ਗਿਆ ਤਾਂ ਆਡੀਓ ਪਾਇਆ ਸੀਗਾ ਥੋੜਾ ਜਿਹਾ ਤੇ ਆਬਵੀਅਸਲੀ ਤੁਸੀਂ ਸਾਰਿਆਂ ਨੇ ਇੰਨਾ ਪਿਆਰ ਦਿੱਤਾ ਮੈਸੇਜਸ ਕੀਤੇ ਹੁਣ ਮੈਨੂੰ ਨਾ ਕਈ ਮੈਸੇਜ ਆਉਂਦੇ ਨੇ ਮੁੰਡਿਆਂ ਦੇ ਮੈਨੂੰ ਬਹੁਤ ਜਾਣੇ ਕਹਿੰਦੇ ਨੇ ਯਾਰ ਬਾਈ ਜੇ ਗਾਣਾ ਰਿਲੀਜ਼ ਨਹੀਂ ਸੀ ਕਰਨਾ ਤੇ ਤੂੰ ਪਾਇਆ ਕਾਹਤੋਂ ਆਈ ਐਮ ਵੈਰੀ ਸੌਰੀ ਮੈਂ ਇਸ ਕਰਕੇ ਨਹੀਂ ਸੀ ਗਾਣਾ ਕਰ ਰਿਹਾ ਕਿਉਂਕਿ ਮੈਨੂੰ ਲੱਗਦਾ ਸੀ ਯਾਰ ਮੈਨੂੰ ਗਾਉਣਾ ਨਹੀਂ ਆਉਂਦਾ ਐਵੇਂ ਗਾਲਾਂ ਕੱਢਣਗੇ ਲੋਕ ਕੀ ਫਾਇਦਾ ਹਨਾ ਜਿਹਦਾ ਕੰਮ ਹੈ ਉਹਨੂੰ ਉਹੀ ਕੰਮ ਕਰਨਾ ਚਾਹੀਦਾ ਤੇ ਪਰ ਮੈਂ ਉਹ ਗਾਣਾ ਕਿਤੇ ਨਾ ਕਿਤੇ ਉਹ ਗਾਣਾ ਮੇਰੇ ਮੇਰੇ ਦਿਲ ਦੇ ਬਹੁਤ ਕਰੀਬ ਹੈ ਤੇ ਗਾਣਾ ਤੁਹਾਡੇ ਵੀ ਦਿਲ ਦੇ ਕਰੀਬ ਹੈ ਤੁਹਾਡਾ ਆਪਦਾ ਗਾਣਾ ਮੈਨੂੰ ਜਿਹੜੇ ਮੈਸੇਜ ਆਏ ਨੇ ਹਨਾ ਮੁੰਡੇ ਕੁੜੀਆਂ ਦੇ ਰੀਸੈਂਟਲੀ ਘੱਟੋ ਘੱਟ ਰੋਜ਼ ਹੀ ਆਉਂਦੇ ਨੇ ਮੈਸੇਜ ਕਈ ਇਹ ਕਹਿੰਦੇ ਨੇ ਯਾਰ ਰੋਕੀ ਮੈਟਲ 'ਚ ਨਹੀਂ ਗਾਣੇ ਦੀ ਵੇਟ ਹੈ ਸੋ ਮੈਂ ਨਿਰਾਸ਼ ਨਹੀਂ ਕਰਨਾ ਚਾਹੁੰਦਾ ਆਪਦੇ ਫੈਨ ਹੁਣ ਮੈਂ ਗਾਣਾ ਕਰ ਰਿਹਾ ਜੀ ਗਾਣਾ ਫਾਈਨਲ ਹੋ ਚੁੱਕਾ ਪਰ ਹੁਣ ਜੇ ਮੈਂ ਕਰੂੰਗਾ ਤਾਂ ਮੈਂ ਆਪਦੇ ਵੱਲੋਂ ਕੋਸ਼ਿਸ਼ ਕਰਕੇ ਵਧੀਆ ਕਰੂੰਗਾ ਤੇ ਮੈਂ ਹੁਣ ਕੱਲ੍ਹ ਉਹਦੀ ਫਾਈਨਲ ਡਬਿੰਗ ਵੀ ਕਰਨ ਜਾ ਰਿਹਾ ਆਪਦੇ ਵੱਲੋਂ ਮਿਊਜ਼ਿਕ ਕਰਕੇ ਯਾਰ ਜਿਹੜੇ ਬੰਦੇ ਨੇ ਗਾਣਾ ਕੱਢਣੀ ਇਹਨਾਂ ਨੂੰ ਪਹਿਲਾਂ ਮੈਂ ਕਹਿੰਦਾ ਵੀਰੇ ਸੌਰੀ ਗਾਣਾ ਨਾ ਕੱਢਿਓ ਵੀਰ ਬਣ ਕੇ ਤੇ ਉਹਦੀ ਵੀਡੀਓ ਲਈ ਇੱਕ ਸਵਾਲ ਹੈ ਮੇਰੇ ਮਨ 'ਚ ਉਹ ਸਵਾਲ ਇਹ ਸੁਣਨ 'ਚ ਬੜਾ ਅਜੀਬ ਲੱਗਦਾ ਕਿ ਮੇਰਾ ਕੰਮ ਹੈ ਵੀਡੀਓ ਕਰਨੀ ਪਰ ਮੈਂ ਆਪਣੇ ਗਾਣੇ ਦੀ ਵੀਡੀਓ ਨਹੀਂ ਕਰ ਪਾ ਰਿਹਾ ਕਿਉਂਕਿ ਉਹ ਗਾਣਾ ਇੰਨੇ ਜ਼ਿਆਦਾ ਲੱਗਦਾ ਹੋ ਸਕਦਾ ਹੈ ਗੱਲਾਂ ਮੇਰੇ ਦਿਲ ਦੇ ਥੋੜ੍ਹੇ ਕਰੀਬ ਨੇ ਇਸ ਕਰਕੇ ਮੈਂ ਮੇ ਵੀ ਆਪਣੇ ਨੂੰ ਜਾਂ ਸਿੰਗਰ ਦੇ ਵਾਂਗੂ ਨਹੀਂ ਦੇਖਦਾ ਜਾਂ ਜੋ ਵੀ ਹੈ ਮਤਲਬ ਮੇਰਾ ਮੈਂ ਕਨਫਿਊਜ਼ ਹਾਂ ਗਾਣੇ ਨੂੰ ਲੈ ਕੇ ਹੁਣ ਮੈਂ ਤੁਹਾਨੂੰ ਕਹਿਣਾ ਇਹ ਚਾਹੁੰਦਾ ਜਾਂ ਪੁੱਛਣਾ ਇਹ ਚਾਹੁੰਦਾ ਕਿ ਮੈਂ ਉਹ ਗਾਣਾ ਗਾਣੇ ਵਿੱਚ ਇਕੱਲੇ ਸਿੰਕ ਰੱਖਾਂ ਸਿਰਫ ਅਸੀਂ ਗਾਣਾ ਤੁਹਾਨੂੰ ਸੁਣਾਈਏ ਯਾਨੀ ਪਰਫਾਰਮ ਕਰੀਏ ਕਿ ਸਟੋਰੀ ਕਿਉਂਕਿ ਸਟੋਰੀ ਮੈਂ ਇਸ ਕਰਕੇ ਤੁਹਾਨੂੰ ਪੁੱਛ ਰਿਹਾ ਮੇਰੇ ਹਰ ਗਾਣਾ ਸਟੋਰੀ ਹੁੰਦਾ ਹਨਾ 99% ਰਾਦਰ ਸਟੋਰੀ ਹੁੰਦੇ ਨੇ ਦੂਜੇ ਮੈਂ ਗਾਣੇ ਕਰਦਾ ਹੀ ਨਹੀਂ ਚੱਕਰ ਇਹ ਆ ਸਟੋਰੀ ਜੋ ਲਿਰਿਕਸ ਨੂੰ ਲੈ ਕੇ ਜੋ ਮੇਰੀ ਲਾਈਫ ਨੂੰ ਲੈ ਕੇ ਜੋ ਅਸਲੀ ਸਟੋਰੀ ਹੈ ਉਹ ਮੈਂ ਬਣਾ ਨਹੀਂ ਸਕੂੰਗਾ ਕਿਉਂਕਿ ਉਹਦੇ ਵਿੱਚ ਹੋਰ ਬਹੁਤ ਫੈਕਟਰ ਇਨਕਲੂਡ ਹੋਣ ਜੇ ਮਤਲਬ ਉਹਦਾ ਮੈਂ ਇੱਕ ਹਾਈਪੋਥੈਟੀਕਲ ਸਿਨੈਰੀਓ ਰੱਖ ਲੈਣਾ ਫਿਰ ਉਹ ਮੇਰਾ ਦਿਲ ਦੁਖੂ ਯਾਰ ਗੱਲ ਕੋਈ ਹੋਰ ਸੀ ਤੇ ਸ਼ੂਟ ਕੁਝ ਹੋਰ ਕਰ ਰਹੇ ਹਾਂ ਜਾਂ ਉਹ ਐਗਜ਼ੈਕਟ ਚੀਜ਼ ਨਹੀਂ ਹੈਗੀ ਹੁਣ ਤੁਸੀਂ ਕੀ ਚਾਹੁੰਦੇ ਹੋ ਕਿ ਉਹ ਸਿੰਕ ਰੱਖੀਏ ਤੇ ਥੋੜੇ ਥੋੜੇ ਸਟੋਰੀ ਦੇ ਪਾਰਟਸ ਰੱਖੀਏ ਕਿ ਇਕੱਲੇ ਸਿੰਕ ਰੱਖੀਏ ਇਕੱਲੀ ਸਟੋਰੀ ਰੱਖੀਏ ਤੁਹਾਡਾ ਗਾਣਾ ਤੁਸੀਂ ਜਿਵੇਂ ਤੁਹਾਡਾ ਗਾਣਾ ਜਿਵੇਂ ਤੁਸੀਂ ਕਹੋਗੇ ਉਵੇਂ ਮੈਂ ਗਾਣਾ ਬਣਾ ਦੂੰਗਾ ਮੈਂ ਇਹੀ ਸਟੋਰੀਆਂ ਇੰਸਟਾਗ੍ਰਾਮ ਤੇ ਵੀ ਪਾ ਰਿਹਾ ਜੋ ਤੁਹਾਡੇ ਮੈਸੇਜਸ ਆਣਗੇ ਉਹ ਮੈਸੇਜਸ ਪੜ੍ਹ ਕੇ ਮੈਂ ਆਲਮੋਸਟ ਦੱਸ
ਤੇ ਜੋ ਵੀ ਮੈਂ ਡਿਸਾਈਡ ਕਰੂੰਗਾ ਮੈਂ ਉਹ ਪਹਿਲਾਂ ਤੁਹਾਨੂੰ ਦੱਸ ਦੂੰਗਾ ਤਾਂ ਕਿ ਤੁਸੀਂ ਸਾਰੇ ਜਾਣੇ ਮਤਲਬ ਕੀ ਕਹਿੰਦੇ ਨੇ ਤੁਹਾਨੂੰ ਪਤਾ ਹੋਵੇ ਗਾਣਾ ਆ ਰਿਹਾ ਕੀ ਹੋ ਜਾ ਰਿਹਾ ਸੋ ਲਵ ਯੂ ਆਰ 2 ਵਜੇ ਸੁਗਮ ਸਾਡਾ ਫੋਨ ਲੈਂਦਾ ਖੋ ਜੀ ਬੰਦ ਕਰੋ ਚੈਟ ਕਹਿੰਦਾ ਵੀਰ ਜਾਓ ਸੋ ਜੀ ਆਫਲਾਈਨ ਹੋਣ ਲੱਗਾ ਆਫਲਾਈਨ ਹੋਣ ਲੱਗਾ ਹੁਣ ਨਾ ਤੂੰ ਡੀਕੀ ਨੀ ਪੀ ਤੋਂ ਪਰਮੀਸ਼ ਪੈਂਦਾ ਪੀ ਤੋਂ ਪ੍ਰਨੀਤੀ ਨੀ ਮਵੀ ਦਾ ਨਵਾਂ ਗਾਣਾ ਆ ਗਿਆ ਜੀ ਖੇੜਾ ਛੱਡ ਦੇ ਤੂੰਬੀ ਦਾ ਡੀਓਪੀ ਭੁੱਲਰ ਸੁਖਨ ਵਰਮਾ ਫਿਲਮ ਨਾ ਮੋਪੀ ਫਿਲਮ ਇਹ ਮੋਪੀ ਫਿਲਮ ਸਾਰੀ ਟੀਮ ਦੇਖ ਰਹੀ ਆਪਣਾ ਕੀਤਾ ਹੈ ਕੰਮ ਲਾਈਵ